ਪਤਾ ਨਹੀਂ ਕਿਸੇ ਮੁੰਡੇ ਦਾ ਸਿਰ ਸੁਰ ਪਾੜਾ ਆ ਪਾਗਲ ਜਿਹਾ, ਪਤਾ ਨਹੀਂ ਕੀ ਦੱਸਦਾ ਵੀ ਨਹੀਂ ਪਿਆ ਗੱਲ। ਯਾਰ ਇੱਧਰ ਨਾ ਲੜਾਈ ਜੀ ਹੋ ਗਈ ਮੇਰੀ ਆ ਝਾਸਣੀ ਚੌਂਕ, ਮੁੰਡੇ ਜੇ ਯਾਰ ਔਖੇ ਭਰੇ ਹੋਈ ਜਾਂਦੇ ਆ। ਆਉਂਗੇ ਯਾਰ ਨਾ ਮਿਲਣ ਆਏ ਸੀ ਉਹ, ਇੱਥੇ ਬੈਠੇ ਸੀਗੇ, ਇੱਕ ਮੇਰੇ ਨਾਲ ਆ ਕੇ ਬੈਠਾ, ਇਹਦੇ ਮੂੰਹ ਚ ਨਾ ਐ ਨਿਕਲ ਗਿਆ ਤਿਆਰ ਹੋ ਗਿਆ ਆ ਗਿਆ ਬਈ। ਕਾਲ ਲਾਉਂਦੇ ਹਾਂ ਹੁਣ ਹਰਸ਼ ਨੂੰ ਅਤੇ ਮੰਮੀ ਨੂੰ ਫੋਨ ਫੜਾਉਂਦੇ ਹਾਂ। ਕਿੱਡੇ ਸੁਪਨੇ ਟੁੱਟੇ ਆ ਬਾਈ, ਇਹ ਬਾਈ ਅਪ੍ਰੈਲ ਫੂਲ ਸੀਗਾ, ਠੀਕ ਆ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਆ ਆਪਣੀ ਨਵੀਂ ਵੀਡੀਓ ਦੇ ਵਿੱਚ। ਅੱਜ ਨਾ ਆਪਾਂ ਅਪ੍ਰੈਲ ਫੂਲ ਬਣਾਵਾਂਗੇ ਬਹੁਤ ਜਣਿਆਂ ਨੂੰ। ਮੈਂ ਪਤਾ ਹੀ ਕਰਿਆ ਕਰਨਾ ਆਪਣਿਆਂ ਦੋਸਤ ਨੂੰ ਫੋਨ ਲਾਇਆ ਕਰੂੰਗਾ, ਮੈਂ ਕਹੂੰਗਾ ਜਾਂ ਮੈਂ ਵਿਆਹ 'ਤੇ ਚੱਲਿਆ ਜਾਂ ਕਿਸੇ ਬਰਥਡੇ ਪਾਰਟੀ 'ਤੇ ਚੱਲਿਆ, ਤੂੰ ਨਾਲ ਜਾਣਾ ਤਾਂ ਚੱਲ, ਉਹ ਤਿਆਰ ਤਿਆਰ ਹੋ ਕੇ ਮੇਰੇ ਕੋਲ ਆ ਜਾਊਗਾ, ਉਦੋਂ ਬਾਅਦ ਕਹਾਂਗੇ ਤਾਂ ਅਪ੍ਰੈਲ ਫੂਲ ਬਣਾਇਆ ਤੈਨੂੰ, ਮਜ਼ਾਕ ਕੀਤਾ ਤੇਰੇ ਨਾਲ। ਮੇਰਾ ਨਾ ਇੱਕ ਦੋਸਤ ਆ ਆਪਣੀ ਕਲੋਨੀ ਦਾ ਹੀ ਆ, ਅਤੇ ਆਪਾਂ ਉਹਨੂੰ ਫੋਨ ਲਾਉਂਦੇ ਹਾਂ ਸਭ ਤੋਂ ਪਹਿਲਾਂ, ਦੇਖਦੇ ਹਾਂ ਕੀ ਕਹਿੰਦਾ ਵਾ, ਜਾਣਾ ਜਾਂ ਨਹੀਂ ਜਾਣਾ, ਹੈ ਨਾ। ਮੈਨੂੰ ਹਜੇ ਦੁਕਾਨ 'ਤੇ ਮਿਲਿਆ ਸੀਗਾ ਉਹ, ਅਤੇ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਆਪਾਂ ਵੀਡੀਓ ਬਣਾਉਣੀ ਆ ਕੋਈ, ਅਤੇ ਮੈਂ ਤੈਨੂੰ ਫੋਨ ਲਾਊਂਗਾ ਚੱਕ ਲਈ, ਅਤੇ ਬਸ ਮੈਨੂੰ ਇੱਦਾਂ ਕਿਹਾ ਸੀਗਾ। ਹੁਣ ਮੈਂ ਉਹਨੂੰ ਫੋਨ ਲਾ ਕੇ ਕਹੂੰਗਾ ਕਿ ਮੈਂ ਬਰਥਡੇ ਪਾਰਟੀ 'ਤੇ ਜਾਣਾ ਕਿਸੇ ਦੀ, ਅਤੇ ਤੂੰ ਚੱਲੇਗਾ ਨਾਲ, ਦੇਖਦੇ ਹਾਂ ਕੀ ਕਹਿੰਦਾ ਵਾ। ਅਤੇ ਚਲੋ ਹੁਣ ਆਪਾਂ ਉਹਨੂੰ ਫੋਨ ਲਾਉਂਦੇ ਹਾਂ, ਠੀਕ ਆ। ਆਪਾਂ ਇੱਦਾਂ ਕਰਕੇ ਬਹੁਤ ਜਣਿਆਂ ਨੂੰ ਫੋਨ ਲਾਉਣਾ, ਹਰਸ਼ ਨੂੰ ਵੀ ਲਾਵਾਂਗੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ। ਦੇਖਿਓ ਆਹ, ਦੇਖਿਓ ਬਾਈ ਮੈਂ ਆਪਦੇ ਡੈਡੀ ਨੂੰ ਫੋਨ ਲਾਇਆ ਵਾ, ਮਿਊਟ 'ਤੇ ਲਾ ਦਈਏ। ਆਪਾਂ ਇਹਨੂੰ ਕਹਾਂਗੇ ਮੈਂ ਵਿਆਹ 'ਤੇ ਜਾਣਾ ਵਾ ਅਤੇ ਤੂੰ ਨਾਲ ਚੱਲਣਾ ਵਾ, ਇਹਨੂੰ ਆਪਾਂ ਤਿਆਰ ਤਿਉਰ ਕਰਾ ਕੇ ਆਪਣਾ ਫੂਲ ਬਣਾ ਦਾਂਗੇ ਬਾਅਦ 'ਚੋਂ, ਦੇਖਦੇ ਹਾਂ। ਬਹੁਤ ਮਜ਼ਾ ਆਉਣ ਵਾਲਾ ਵਾ, ਦੇਖੀ ਚੱਲਿਓ। ਫੋਨ ਪਤਾ ਨਹੀਂ ਚੱਕੇ ਕਿ ਨਾ ਚੱਕੇ, ਮੈਨੂੰ ਹੁਣੇ ਦੁਕਾਨ 'ਤੇ ਮਿਲਿਆ ਇਹ, ਅਤੇ ਮੈਂ ਕਿਹਾ ਸੀ ਹੈਲੋ ਕਿਵੇਂ ਆ, ਕਿੱਥੇ ਆ, ਬਾਹਰ ਕਿੱਥੇ, ਅੱਛਾ ਗਲੀ 'ਚ ਹੀ ਆ। ਬਈ ਗੱਲ ਸੁਣ, ਅਤੇ ਮੈਂ ਜਨਮ ਦਿਨ 'ਤੇ ਜਾਣਾ ਕਿਸੇ ਨੇ ਸੱਦਿਆ ਸੀ ਮੈਨੂੰ, ਚੱਲੇਗਾ ਨਾਲ, ਬੰਨ ਲਾ ਫਟਾਫਟ ਬੰਨ ਲਾ, ਅੱਧੇ ਘੰਟੇ 'ਚ ਆ ਜਾ ਮੇਰੇ ਕੋਲ, ਛੇਤੀ ਛੇਤੀ 10-15 ਮਿੰਟ 'ਚ। ਅੱਛਾ ਪੱਗ ਪੁੱਗ ਬੰਨ, ਠੀਕ ਆ, ਘੰਟੇ 'ਚ ਕੱਪੜੇ ਪਾਇਆ ਜੀ, ਠੀਕ ਆ ਜਾ। ਬਾਈ ਮੈਂ ਹੁਣੇ ਹੁਣੇ ਆਪਦੇ ਆਹ ਵਾਲੇ ਫੋਨ, ਜਿਹੜੇ ਫੋਨ ਤੋਂ ਵੀਡੀਓ ਬਣਦੀ ਪਈ ਆ, ਉਹ ਤੋਂ ਫੋਨ ਲਾਇਆ ਸੀਗਾ ਅਤੇ ਆਹ ਫੋਨ ਰਿਕਾਰਡ ਕੀਤੀ ਸੀਗੀ। ਤੁਸੀਂ ਦੇਖ ਹੀ ਲਿਆ ਬਾਈ ਉਹ ਕਿਵੇਂ ਪਾਗਲ ਬਣ ਗਿਆ। ਉਹਨੂੰ ਮੈਂ ਕਿਹਾ ਵੀ ਆਪਾਂ ਬੜੇ ਪਾਰਟੀ 'ਚ ਜਾਣਾ, ਕਹਿੰਦਾ ਮੈਂ ਗਲੀ 'ਚ ਹੀ ਫਿਰਦਾ ਪਿਆ ਵਾਂ, ਅਤੇ ਮੈਂ ਕਿਹਾ ਚੱਲ ਤੂੰ ਤਿਆਰ ਤਿਆਰ ਹੋ ਕੇ ਆ ਜਾ, ਉਹਦੇ ਪਰਨਾ ਬੰਨਿਆ ਹੋਇਆ ਵਾ, ਅਤੇ ਉਹ ਪੱਗ ਪੁੱਗ ਬੰਨ ਕੇ ਸਪੈਸ਼ਲ ਆਊਗਾ, ਅਤੇ ਉਹਨੂੰ ਆਪਾਂ ਜਦੋਂ ਦੱਸਾਂਗੇ ਨਾ ਇਹ ਮਜ਼ਾਕ ਆ ਬਾਈ, ਉਹਦੇ ਰਿਐਕਸ਼ਨ ਇੰਨੇ ਘੈਂਟ ਹੋਣ ਵਾਲੇ ਹਨ ਸ਼ੁਰੂ ਤੋਂ ਲੈ ਕੇ ਲਾਸਟ ਤੱਕ। ਦੇਖੋ ਮੈਂ ਤਾਂ ਆਪ ਬੜਾ ਐਕਸਾਈਟਡ ਆ ਉਹਦੇ ਰਿਐਕਸ਼ਨ ਦੇਖਣ ਲਈ, ਤੇਰਾ ਇੰਨੇ ਕੱਪੜੇ ਕੁੱਪੜੇ ਪਾ ਕੇ ਸੱਚ ਧੱਜ ਕੇ ਪੱਗ ਬੰਨ ਕੇ ਆਊਗਾ, ਅਤੇ ਆਪਾਂ ਨੂੰ ਕਹਿ ਦੇਣਾ ਕੁਛ ਨਹੀਂ ਤਾਂ ਅਪ੍ਰੈਲ ਫੂਲ। ਬਸ ਤੁਸੀਂ ਰਿਐਕਸ਼ਨ ਦੇਖਿਓ ਉਹਦੇ, ਜੇ ਤੁਹਾਨੂੰ ਉਹਦੇ ਰਿਐਕਸ਼ਨ ਵਧੀਆ ਲੱਗੇ ਨਾ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲਓ, ਠੀਕ ਆ। ਅਤੇ ਉਦੋਂ ਬਾਅਦ ਆਪਾਂ ਹਰਸ਼ ਨੂੰ ਫੋਨ ਲਾਵਾਂਗੇ। ਬਾਈ ਮੈਂ ਉਹਨੂੰ ਹੁਣੇ ਹੁਣੇ ਫਿਰ ਫੋਨ ਲਾਇਆ ਵਾ, ਅਤੇ ਕਹਿੰਦਾ ਮੈਂ ਹੋ ਗਿਆ ਵਾਂ ਤਿਆਰ, ਕਹਿੰਦਾ ਕੀ ਪੈਂਟ ਸ਼ਰਟ ਪਾਈ ਜਾਣਾ, ਕਹਿੰਦਾ ਹਾਂ ਹਾਂ, ਕਹਿੰਦਾ ਕਿੱਥੇ ਆਵਾਂ ਮੈਂ, ਘਰੇ ਆਇਆ ਚੱਲ। ਬਾਈ ਹੁਣ ਆ ਰਿਹਾ ਵਾ, ਉਹਦੇ ਰਿਐਕਸ਼ਨ ਦੇਖਦੇ ਹਾਂ, ਠੀਕ ਆ, ਦੇਖੀ ਚੱਲਿਓ ਹੁਣ। ਵਲੌਗ ਬਣਾਵਾਂਗੇ ਠੀਕ ਆ ਆਪਾਂ, ਹੋਰ ਠੀਕ ਠਾਕ ਆ, ਚੱਲੀਏ ਫਿਰ, ਤਿਆਰ ਹੋ ਗਿਆ, ਸਟੈਡੀ ਸ਼ੈਡੀ ਨਹੀਂ ਹੈ, ਪ੍ਰੈਂਕ ਤਾਂ ਨਹੀਂ, ਕੀ ਪ੍ਰੈਂਕ ਆਪਣੇ ਨਾਲ ਤਾਂ ਨਹੀਂ ਨਹੀਂ, ਚੱਲ ਚੱਲੀਏ। ਕਰਨਾ ਸਕੂਲ ਹੀ ਕਰਨਾ, ਚਲੋ ਜੀ ਹੁਣ ਆਪਾਂ ਚੱਲੇ ਹਾਂ ਹੈ ਨਾ ਬਰਥਡੇ ਪਾਰਟੀ ਦੇ ਉੱਤੇ, ਅਤੇ ਚਲੋ ਬਾਈ ਧਿਆਨ ਨਾਲ। ਛੇਤੀ ਮੁੜੇ ਆਉਣਾ ਠੀਕ ਆ, ਚਲੋ ਬਾਈ ਹੁਣ ਅਸੀਂ ਚੱਲੇ ਹਾਂ ਬਰਥਡੇ ਪਾਰਟੀ ਦੇ ਉੱਤੇ, ਮੈਂ ਅਤੇ ਕੀ ਤੇਰਾ ਨਾਮ, ਗੈਵੀ, ਗੈਵੀ ਚੱਲੇ ਹਾਂ ਬਾਈ। ਬਾਈ ਹੁਣ ਆਪਾਂ ਚੱਲੇ ਹਾਂ ਬਰਥਡੇ ਪਾਰਟੀ ਦੇ ਉੱਤੇ, ਆਪਾਂ ਤੁਹਾਨੂੰ ਹੁਣ ਉੱਥੇ ਜਾ ਕੇ ਮਿਲਦੇ ਹਾਂ, ਅਤੇ ਬਾਈ ਗੱਲ ਸੁਣ, ਲੋਕ ਰੋਕੀ ਰੋਕੀ ਮਾਰੇ ਗੱਲ ਕਹਿ ਲਈਏ, ਬਣ ਗਿਆ ਬੁੱਧੂ, ਬਣ ਗਿਆ ਬੁੱਧੂ, ਬਣ ਗਿਆ ਬੁੱਧੂ।
ਪਰਨੇ ਚ ਫਿਰਦਾ ਸੀ ਨੀਵੀ ਕਾਹਤੋਂ ਪਾਈ ਨਾਤਾ ਵੀ ਨੀ ਲੈ ਜਾਣ ਕੇ ਅੱਛਾ ਬਾਈ ਪਤਾ ਕੀ ਇਹਦੇ ਪਰਨਾ ਬੰਨਿਆ ਸੀ ਉਹਨੂੰ ਮੈਂ ਕਿਹਾ ਆਪਾਂ ਜਾਣਾ ਵਾ ਬੜੇ ਪਾਰਟੀ ਤੇ ਕਿਵੇਂ ਤਿਆਰ ਸ਼ਿਆਰ ਹੋ ਕੇ ਆਇਆ ਵੇਖੋ ਇੱਧਰ ਹੈਂ ਪਰਫਿਊਮ ਪਰਫਿਊਮ ਲਾ ਕੇ ਸਮੈਲ ਬੜੀ ਸੋਹਣੀ ਆ ਉਹ ਤੁਹਾਡੀ ਭੈਣ ਆ ਕੀ ਚਲੋ ਬਾਈ ਦੇਖਦੇ ਆ ਹੋਰ ਕਿਸੇ ਤੇ ਕਰਦੇ ਆ ਬੁੱਟਰ ਵੀਰ ਤੇ ਕਿਹੜਾ ਕਰੀਏ ਯਾਰ ਉਹਨੇ ਮੇਰੇ ਤੇ ਕਰਤਾ ਉਹਨੇ ਮੈਨੂੰ ਸਵੇਰੇ ਕੋਲ ਆਈ ਸੀਗੀ ਉਹਨੇ ਮੇਰੇ ਤੇ ਪ੍ਰੈਂਕ ਕੀਤਾ ਕੁੜੀ ਵਾਲੀ ਆਵਾਜ਼ ਕੱਢ ਕੇ ਮੈਂ ਪਛਾਣ ਲਿਆ ਪਰ ਉਹਨੂੰ ਪਰ ਦੱਸਿਆ ਹੁਣ ਕਿਹੜਾ ਕਰੀਏ ਆਪਾਂ ਕਿਸੇ ਦੇ ਚਲੋ ਬਾਈ ਦੇਖਦੇ ਹਾਂ ਹੁਣ ਆਪਾਂ ਐਂ ਕਰਦੇ ਹਾਂ ਮੇਰਾ ਇੱਕ ਫਰੈਂਡ ਆ ਕਾਲਜ ਦਾ ਆਪਾਂ ਉਹਨੂੰ ਫੋਨ ਲਾਉਂਦੇ ਹਾਂ ਘਰੇ ਜਾ ਕੇ ਮੈਂ ਕਿਹਾ ਮੈਂ ਕੇਕ ਖਾਊਂਗਾ ਅੱਛਾ ਕੇਕ ਖਾਊਂਗਾ ਪੂਰੇ ਸੁਪਨੇ ਸਜਾ ਕੇ ਆਇਆ ਸੀ ਐਂ ਮੁੰਡਾ ਤਿਆਰ ਸ਼ਿਆਰ ਹੋ ਕੇ ਪਰ ਯਾਰ ਚੱਲ ਸੁਪਨਿਆਂ ਦੇ ਪਾਣੀ ਫਿਰ ਗਿਆ ਕਹਿੰਦਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਇੰਨੀ ਛੇਤੀ ਮੈਂ ਤਿਆਰ ਹੋਇਆ ਸੀਗਾ ਅਤੇ ਉਹ ਵੀ ਪ੍ਰੈਂਕ ਨਿਕਲਿਆ ਹੋਰ ਕੀ ਭਰਾ ਚੱਲ ਇਸ ਬਹਾਨੇ ਬਾਈ ਪੱਗ ਬੰਨਿਆ ਪੂਰੇ 5 ਮਿੰਟ ਆ ਗਏ ਮੇਰੇ ਪੱਗ ਬਹੁਤ ਲੱਗ ਗਿਆ ਟਾਈਮ ਕਵਾ ਲੱਗ ਗਿਆ ਅੱਛਾ ਕਿੱਡੇ ਸੁਪਨੇ ਟੁੱਟੇ ਆ ਬਾਈ ਇਹ ਬਾਈ ਅਪ੍ਰੈਲ ਫੂਲ ਸੀਗਾ ਠੀਕ ਆ ਨਾ ਜੇ ਅਪ੍ਰੈਲ ਫੂਲ ਨਾ ਹੁੰਦਾ ਨਾ ਤੇ ਮੈਂ ਪ੍ਰੈਂਕ ਕਰਕੇ ਤੂੰ ਸੱਚੀ ਖਵਾ ਕੇ ਲਿਆਉਣਾ ਸੀਗਾ ਪਰ ਅੱਜ ਮਾਫ ਕਰੀ ਇਹ ਮਜ਼ਾਕ ਕੀਤਾ ਸੀਗਾ ਪਾਣੀ ਵੀ ਆਵਾ ਚੱਲ ਬਾਈ ਇਹਨੂੰ ਪਾਣੀ ਪਿਆ ਦਿੰਦੇ ਕਿ ਹਰਸ਼ ਨੂੰ ਮੈਂ ਕੀ ਕਹਾਂ ਯਾਰ ਇਹ ਨਹੀਂ ਮੈਨੂੰ ਸੋਚਦਾ ਕਿਉਂਕਿ ਉਹ ਇੱਥੇ ਹੈ ਨਹੀਂ ਗਾ ਚੰਡੀਗੜ੍ਹ ਆ ਅਤੇ ਉਹਨੂੰ ਮੈਂ ਕੀ ਇਹੋ ਜਿਹਾ ਕਹਾਂ ਜਿਹਦੇ ਨਾਲ ਉਹ ਪਾਗਲ ਬਣ ਜਾਵੇ ਕਿਉਂਕਿ ਘਰੇ ਤਾਂ ਉਹ ਆ ਨਹੀਂ ਸਕਦਾ ਹੈ ਨਾ ਚੰਡੀਗੜ੍ਹ ਆ ਉਹਨੂੰ ਫੋਨ 'ਤੇ ਕੋਈ ਅਪਰਲ ਫੁੱਲ ਬਣਾਉਣਾ ਇਹੋ ਜਿਹਾ ਵੀ ਉਹ ਚੀਜ਼ ਇਹੋ ਚੀਜ਼ ਕਹੀਏ ਵੀ ਉਹ ਹੈਰਾਨ ਹੋ ਜਾਵੇ ਅਤੇ ਚਲੋ ਦੇਖਦੇ ਹਾਂ ਯਾਰ ਬਾਈ ਹੁਣ ਆਪਾਂ ਹਰਸ਼ 'ਤੇ ਪ੍ਰੈਂਕ ਕਰਨ ਲੱਗੇ ਹਾਂ ਪਤਾ ਹੀ ਕਹਿਣਾ ਮੰਮੀ ਨੇ ਵੀ ਅਮਨ ਨਾਲ ਲੜ ਲੁੜ ਕੇ ਆ ਗਿਆ ਬਾਹਰ ਕਿਸੇ ਨਾਲ ਸਿਰ ਸੁਰ ਪਾੜਤਾ ਉਹਨੇ ਅਤੇ ਹੈ ਨਾ ਉਹਦੇ ਘਰ ਦੇ ਜਿਹੜੇ ਮੁੰਡੇ ਦੇ ਉਹ ਆਏ ਹੋਏ ਆ ਇੱਥੇ ਮੁੰਡਾ ਦਾਖਲ ਆ ਹੋਸਪਿਟਲ 'ਚ ਹੈ ਨਾ ਇਹਦਾ ਦੱਸੋ ਕੀ ਕਰੀਏ ਹੈ ਨਾ ਯਾਰ ਕਿੱਦਾਂ ਦਾ ਕੁਛ ਕਹਿੰਦੇ ਆ ਐਵੇਂ ਹੀ ਹੋਜੂ ਬਾਈ ਕੋਲ ਲਾਉਂਦੇ ਹਾਂ ਹੁਣ ਹਰਸ਼ ਨੂੰ ਅਤੇ ਮੰਮੀ ਨੂੰ ਫੋਨ ਫੜਾਉਂਦੇ ਹਾਂ ਅਤੇ ਦੇਖਦੇ ਹਾਂ ਉਹਦੇ ਰਿਐਕਸ਼ਨ ਕਿਵੇਂ ਦੇ ਹੁੰਦੇ ਆ ਬਾਕੀ ਮੈਨੂੰ ਐਂ ਲੱਗਦਾ ਉਹਨੂੰ ਪਤਾ ਲੱਗ ਜਾਣਾ ਕਿਉਂਕਿ ਪਹਿਲਾਂ ਵੀ ਉਹਨੂੰ ਕਾਫੀ ਸਾਰੇ ਕੋਲਸ ਆ ਗਈਆਂ ਹੋਣੀਆਂ ਨੇ ਅਪਰੂਵਲ ਫੂਲ ਵਾਲੀਆਂ ਬਾਕੀ ਨਾ ਹੀ ਪਤਾ ਲੱਗੇ ਯਾਰ ਚਲੋ ਹੁਣ ਆਪਾਂ ਟਰਾਈ ਕਰਦੇ ਹਾਂ ਕਿ ਮੰਮੀ ਤਾਂ ਪਹਿਲਾਂ ਹੀ ਹੱਸੀ ਜਾਂਦੇ ਆ ਨਹੀਂ ਪਛਾਣ ਤੁਸੀਂ ਆਵਾਜ਼ ਉਵੇਂ ਦੀ ਕੱਢਿਓ ਨਾ ਤੁਸੀਂ ਉਵੇਂ ਜੇ ਕਿਉਂ ਨਾ ਉਹਨੂੰ ਕਿ ਵੀ ਅਮਨ ਸੱਚੀ ਐਂ ਕਰ ਆਇਆ ਚਲੋ ਭਾਈ ਹੁਣ ਲਾਤੀ ਹੋਇਆ ਆਪਾਂ ਕੋਲ ਆਵਾਜ਼ ਕਰ ਮੰਮੀ ਨੇ ਕਾਲ ਲਾਤੀ ਹਰਸ਼ ਨੂੰ ਸਪੀਕਰ ਅਮਨ ਦਾ ਹਾਲ ਵੇਖ ਲਿਆ ਕਿਸੇ ਨਾਲ ਲੜ ਕੇ ਆ ਗਿਆ ਬਾਹਰੋਂ ਪਤਾ ਨੀ ਕਿਸੇ ਮੁੰਡੇ ਦਾ ਸਿਰ ਸੁਰ ਪਾੜਾ ਆ ਪਾਗਲ ਜਿਹਾ ਪਤਾ ਨੀ ਕੀ ਦੱਸਦਾ ਵੀ ਪਿਆ ਗੱਲ ਕਿਸੇ ਦੀ ਸੱਚੀ ਅਸੀਂ ਵੀ ਸੀਰੀਅਸ ਸੀ ਆ ਪੁੱਤਰ ਲੜ ਕੇ ਆ ਗਿਆ ਕਿਸੇ ਨਾਲ ਸੱਚੀ ਪੁੱਤਰ ਲੜ ਕੇ ਆ ਗਿਆ ਕਿਸੇ ਨਾਲ ਉਹਦਾ ਮਾਂ ਪਿਓ ਪਿੱਛੇ ਪਿੱਛੇ ਆ ਗਿਆ ਉਹ ਮੁੰਡੇ ਨੂੰ ਇਹਨਾਂ ਨੇ ਮਾਰਿਆ ਦਾ ਸਿਰ ਸੁਰ ਪਾੜਦਾ ਇਹਨੇ ਸੱਚੀ ਕਹਿੰਦੇ ਪਏ ਆ ਨਹੀਂ ਸੋਹ ਨਹੀਂ ਨਾ ਫਿਰ ਮੈਂ ਐਵੇਂ ਸੋਹਾਂ ਮੈਂ ਤਾਂ ਵਿਸ਼ਵਾਸ ਨਹੀਂ ਕਰਦੀ ਸੋਹਾਂ ਤਾਂ ਤੂੰ ਸੁਣ ਤਾਂ ਸਹੀ ਗੱਲ ਆ ਤੇ ਉਹ ਅੰਦਰ ਵੜ ਕੇ ਬਹਿ ਗਿਆ ਉਲਟਾ ਤੇ ਅੱਗੋਂ ਹੋਰ ਕਹਿੰਦਾ ਮੈਂ ਤਾਂ ਮੁੰਡੇ ਨੂੰ ਹੋਰ ਕੁੱਟਣਾ ਉਹਨੂੰ ਪਤਾ ਨੀ ਮੈਨੂੰ ਤੇ ਆਪ ਨੀ ਸਮਝ ਆਉਂਦੀ ਇਹਨੂੰ ਵੇਖ ਤੂੰ ਉਹ ਅੰਦਰ ਵੜ ਕੇ ਬੈਠਾ ਰੋਈ ਜਾਂਦਾ ਅੱਗੋਂ ਕਹਿੰਦਾ ਬੂਹਾ ਖੋਲੋ ਮੈਂ ਉਹਨੂੰ ਹੋਰ ਕੁੱਟ ਕੇ ਆਉਣਾ
ਹੋਰ ਕੀ ਇਹੋ ਜਿਹਾ ਕੀ ਹੋ ਗਿਆ ਮੈਨੂੰ ਤੇ ਆਪ ਨਹੀਂ ਕੁਛ ਦੱਸਦਾ ਪਿਆ ਇਹ ਚਪੇੜਾ ਮਾਰ ਦੇ ਮੂੰਹ ਦੇ ਦੋ ਦਿਨ ਸਿੱਧਾ ਕਰ ਇਹਨੂੰ ਬੂਆ ਹੀ ਨਹੀਂ ਖੋਲਦਾ ਪਿਆ ਅੰਦਰੋਂ ਸਗੋਂ ਮੈਂ ਬੂਆ ਅੰਦਰ ਟੱਕਿਆ ਕਹਿੰਦਾ ਮੈਨੂੰ ਖੋਲ ਕਹਿੰਦਾ ਮੈਂ ਹੋਰ ਜਾਣਾ ਨੂੰ ਹੋਰ ਕੁੱਟ ਕੇ ਆਉਣਾ ਪਤਾ ਨਹੀਂ ਕਾਹਤੋਂ ਲੜਿਆ ਉਹਦੇ ਨਾਲ ਸਮਝ ਨਹੀਂ ਆ ਰਹੀ ਡੈਡੀ ਤੇਰਾ ਕੰਮ ਤੇ ਗਿਆ ਹੁਣ ਨਾਲੇ ਬਸ ਹੁਣ ਲਾਇਆ ਉਹਨੂੰ ਨਹੀਂ ਮੇਰੇ ਕੋਲ ਗੱਲ ਵੀ ਨਹੀਂ ਨਾ ਸਹੀ ਤਰ੍ਹਾਂ ਦੱਸਦਾ ਪਿਆ ਹੋਇਆ ਕੀ ਹੈ ਹੁਣ ਦੱਸ ਕੀ ਕਰੀਏ ਦਿੱਲੀ ਦਾ ਫਿਰਦਾ ਹੈ ਉਹਨਾਂ ਕਿਸੇ ਨਾਲ ਗੱਲ ਗੁੱਲ ਕਰ ਲਿਆ ਉਹ ਕਹਿੰਦੇ ਅਸੀਂ ਥਾਣੇ ਰਿਪੋਰਟ ਕਰਾਉਣੀ ਹੈ ਸਾਡੇ ਮੁੰਡੇ ਦਾ ਸਿਰ ਪਾੜਾ ਹੈ ਕਰਾ ਦੋ ਰਿਪੋਰਟ ਇੱਥੇ ਕਿਹੜਾ ਮੁੰਡਾ ਹੁਣ ਮੈਨੂੰ ਨਾਂ ਦਾ ਵੀ ਨਹੀਂ ਪਤਾ ਉਹ ਮਜ਼ਾਕ ਹੈ ਅਰਸ਼ ਮਜ਼ਾਕ ਕਰਦੇ ਆ ਓਏ ਅਰਸ਼ ਅਪ੍ਰੈਲ ਫੂਲ ਅਪ੍ਰੈਲ ਫੂਲ ਬਣਾਉਂਦੇ ਆ ਓ ਬੜਾ ਡਰ ਗਿਆ ਬਾਈ ਮੁੰਡਾ ਮੈਂ ਕਹਿੰਦੀ ਸੀ ਨਾ ਕਰ ਮੈਂ ਕਿਹਾ ਦੂਰ ਵੀ ਦੂਰ ਗਿਆ ਨਾ ਕਰ ਨਾ ਕਰ ਸੀਰੀਅਸ ਜ਼ਿਆਦਾ ਹੋ ਜਾਣਾ ਮੈਂ ਕਿਹਾ ਉਹਨੇ ਕਿਹੜਾ ਵਾਪਸ ਆਣਾ ਵਾ ਚੱਲ ਠੀਕ ਆ ਕਿੱਦਾਂ ਕਦੋਂ ਆਏ ਅਰਸ਼ ਪਰਸੋਂ ਜੋ ਉੱਥੇ ਠੀਕ ਆ ਠੀਕ ਆ ਟਾਈਮ ਲੱਗ ਜਾਣਾ ਚੱਲ ਠੀਕ ਆ ਪਲੈਨ ਕੀ ਸੀਗਾ ਓਕੇ ਓਏ ਕਰਤਾ ਬਾਈ ਮੇਰੇ ਖਿਆਲ ਨਾਲ ਨਾ ਉਹਨੂੰ ਉਦੋਂ ਸ਼ੱਕ ਹੋ ਗਿਆ ਜਦੋਂ ਸੋਹਰੀ ਨਾ ਖਾਧੀ ਤੁਸੀਂ ਉਦੋਂ ਉਹਨੂੰ ਸ਼ੱਕ ਹੋ ਗਿਆ ਉਹਨੂੰ ਐਂ ਵੀ ਚੱਲ ਮਜ਼ਾਕ ਜਿਹਾ ਕਰੀ ਜਾਂਦਾ ਕਰ ਲੈਣ ਤੋਂ ਹਨਾ ਮੈਨੂੰ ਲੱਗਦਾ ਹਰਸ਼ ਤੇ ਕੀਤਾ ਅਪ੍ਰੈਲ ਫੂਲ ਵਾਲਾ ਕਹਿੰਦੇ ਤੇ ਕੀਤਾ ਮੈਂ ਪਤਾ ਕਿਹਾ ਇਹਨੂੰ ਮੈਂ ਕਿਹਾ ਮੈਂ ਬਰਥਡੇ ਪਾਰਟੀ ਤੇ ਚੱਲਿਆ ਮੇਰੇ ਨਾਲ ਚੱਲੇਗਾ ਤਿਆਰ ਹੋ ਕੇ ਆ ਗਿਆ ਪੱਗ ਪੁੱਗ ਬੰਨ ਕੇ ਆ ਗਿਆ ਪੂਰੀ ਬਈ ਹੁਣ ਆਪਾਂ ਕਰਨ ਲੱਗੇ ਹਾਂ ਏਕਮ ਤੇ ਪ੍ਰੈਂਕ ਦੇਖੀ ਚੱਲਿਓ ਹੁਣ ਮੈਂ ਉਹਨੂੰ ਕੀ ਕਹਿੰਦਾ ਹੁਣ ਮੈਂ ਬਈ ਲਾ ਲਿਆ ਏਕਮ ਨੂੰ ਫੋਨ ਤੇ ਇਹਨੂੰ ਕਹਿੰਦੇ ਹਾਂ ਦੇਖੀ ਚੱਲਿਓ ਮੇਰਾ ਆਈਡੀਆ ਦੇਖਿਓ ਤੁਸੀਂ ਕਿੰਨਾ ਘੈਂਟ ਆ ਬਸ ਫੋਨ ਚੱਕ ਲਵੇ ਛੇਤੀ ਹੈਲੋ ਕਿੱਥੇ ਏਕਮ ਤੂੰ ਲੜਿਆ ਕਿਹਦੇ ਨਾਲ ਸੀ ਸਕੂਲੇ ਪੰਜਵੀਂ ਕਲਾਸ 'ਚ ਨਾ ਤੂੰ ਪੰਜਵੀਂ ਕਲਾਸ ਨਾ ਤੇਰੀ ਤੇ ਗੁਰਸਿਮਰ ਮੁੰਡਾ ਨਾਮ ਆਇਆ ਆਪਣੇ ਘਰੇ ਆਇਆ ਇੱਧਰ ਉਹਦੀ ਮੰਮੀ ਵੀ ਆਈ ਹੈ ਨਾਲ ਤੂੰ ਲੜਿਆ ਵਾ ਉਹਦੇ ਨਾਲ ਤੂੰ ਥੱਪੜ ਥੁੱਪੜ ਮਾਰਿਆ ਉਹਦੇ ਉਹਦੀ ਮੰਮੀ ਤੇ ਉਹ ਆਇਆ ਇੱਧਰ ਆਪ ਛੇਤੀ ਪਾਗਲ ਆਏ ਤੈਨੂੰ ਕਰਾਵਾਂ ਲੜਾਈਆਂ ਤੈਨੂੰ ਤੂੰ ਪਾਗਲ ਨਾ ਹਿੱਲਿਆ ਹੋਇਆ ਮਤਲਬ ਆਪਦਾ ਦਿਮਾਗ ਸੈੱਟ ਨਹੀਂ ਤੇਰਾ ਲੜੀ ਜਾਂਦਾ ਤੂੰ ਲੋਕਾਂ ਨਾਲ ਹੈਂ ਕੀ ਕੌਣ ਅੱਛਾ 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 ਚੱਲ ਰਹਿਣ ਦੇ ਮਜ਼ਾਕ ਕਰਦਾ ਅਪ੍ਰੈਲ ਫੁੱਲ ਬਣਾਉਂਦਾ ਸੀਗਾ ਘਰੇ ਕੀ ਕਾਰੀਗਰ ਆ ਇਹ ਕੰਮ ਕਰਨ ਵਾਲੇ ਅੱਛਾ ਅੱਛਾ ਠੀਕ ਆ ਠੀਕ ਆ ਕੋਈ ਨੀ ਟੈਨਸ਼ਨ ਫਰੀ ਹੋ ਕੇ ਕੰਮ ਕਰਾ ਦੂੰ ਕੋਈ ਉਹਨਾਂ ਨਾਲ ਅਪ੍ਰੈਲ ਫੁੱਲ ਬਣਾ ਹਾਂ ਅੱਛਾ ਜਾ ਯਾਰ ਮੇਰੀ ਗੱਲ ਸੁਣ ਤੇਰੇ ਰਿਐਕਸ਼ਨ ਦੇਖਣੇ ਸੀ ਯਾਰ ਉਰੇ ਆ ਕੇ ਚੱਲ ਕੋਈ ਨੀ ਚੱਲ ਚੰਗਾ ਕੀ ਹਾਂ ਹੁਣ ਮੈਂ ਇੱਕ ਹੋਰ ਆਪਦੇ ਦੋਸਤ ਨੂੰ ਫੋਨ ਲਾਉਣ ਲੱਗਿਆ ਉਹਨੂੰ ਕਹਿੰਦੇ ਹਾਂ ਕਿ ਮੈਂ ਵਿਆਹ 'ਤੇ ਜਾਣਾ ਵਾ ਵਿਆਹ ਦੀ ਪਾਰਟੀ ਆ ਰਾਤ ਦੀ ਅਤੇ ਤੂੰ ਮੇਰੇ ਨਾਲ ਚੱਲੇਗਾ ਉਹਨੂੰ ਪੁੱਛਦੇ ਹਾਂ ਇੱਦਾਂ ਜੇ ਉਹ ਮੰਨ ਗਿਆ ਫਿਰ ਤਾਂ ਅਪ੍ਰੈਲ ਫੁੱਲ ਬਣ ਜੂ ਜੇ ਨਾ ਮੰਨਿਆ ਫਿਰ ਨਹੀਂ ਬਣੂਗਾ ਚਲੋ ਫਿਰ ਆਪਾਂ ਕੋਲ ਲਾਉਂਦੇ ਹਾਂ ਉਹਨੂੰ ਮੇਰੇ ਕਾਲਜ ਦਾ ਹੀ ਆ ਬਈ ਹੁਣ ਆਪਾਂ ਫੋਨ ਲਾਤਾ ਹੋਇਆ ਉਹਨੂੰ ਅਤੇ ਦੇਖਦੇ ਹਾਂ ਕੀ ਕਹਿੰਦਾ ਮੰਨਦਾ ਕਿ ਨਹੀਂ ਹੈ ਤਾਂ ਮੇਰੇ ਕਾਲਜ ਦਾ ਹੀ ਇਹ
ਆ ਚੱਕ ਲੈ ਚੱਕ ਲੈ। ਹੈਲੋ ਕਿਵੇਂ ਆ? ਕਿੱਥੇ ਆ? ਬਾਜ਼ਾਰ 'ਚ ਸੀਗਾ, ਵਿਹਲਾ ਹੀ ਆ, ਵਿਹਲਾ ਹੀ ਆ। ਹੈਲੋ, ਮੈਂ ਕਿਹਾ ਮੈਂ ਰਾਤ ਨੂੰ ਨਾ ਪਾਰਟੀ 'ਤੇ ਜਾਣਾ ਸੀਗਾ। ਆ ਬਸ 6 ਵਜੇ ਪਾਰਟੀ 'ਤੇ ਤੁਰਨਾ ਸੀਗਾ ਮੈਂ, ਅਤੇ ਆ ਜਾਏਗਾ ਆਪਾਂ ਚੱਲਾਂਗੇ ਦੋਨੇ ਜਾਣੇ, ਮੇਰੇ ਨਾਲ ਕੋਈ ਹੈ ਨਹੀਂ ਗਾ। ਕਦੋਂ ਕਹੇਗਾ ਫਿਰ? ਹਾਂ 6 ਵਜੇ ਪੂਰੇ ਫਿਰ ਆਪਾਂ ਤੁਰਨਾ ਵਾ। ਚੱਲ ਫਿਰ ਆ ਜੀ, ਮੈਂ ਹੀ ਆ ਬਸ, ਪਾਰਟੀ ਆੜੀ ਦੇ ਘਰ ਹੀ ਆ, ਪਰ ਉਹ ਯਾਰ ਉਹਨੇ ਮੈਨੂੰ ਸੱਦਿਆ ਵਾ, ਹੁਣ ਮੇਰੇ ਨਾਲ ਕੋਈ ਹੈ ਨਹੀਂ ਗਾ। ਚੱਲ ਮੈਨੂੰ ਭੇਜ, ਮੈਨੂੰ ਆ ਜੀ ਫਿਰ, ਠੀਕ ਆ? ਚੰਗਾ। ਚਲੋ ਵੀ ਮਿੱਤਰੋ, ਇੱਕ ਮੁਰਗਾ ਹੋਰ ਫਸ ਗਿਆ ਬਾਈ। ਅੱਜ ਆਪਾਂ ਕਿੰਨੇ ਜਣਿਆਂ ਨੂੰ ਅਪ੍ਰੈਲ ਫੂਲ ਬਣਾਤਾ? 3 ਜਣਿਆਂ ਨੂੰ ਫਿਲਹਾਲ ਬਣਾਤਾ ਬਾਈ। ਕੋਈ ਮਿਲਣ ਆਇਆ ਵਾ, ਮੈਂ ਸੋਚਦਾ ਇਹਨਾਂ 'ਤੇ ਵੀ ਪ੍ਰੈਂਕ ਕਰ ਦਿੰਦੇ ਹਾਂ, ਅਪ੍ਰੈਲ ਫੂਲ ਵਾਲਾ ਗਲਾਸ ਪਾਣੀ ਦਾ ਲੈ ਕੇ ਚੱਲਿਆ, ਖਾਲੀ ਲੈ ਜਾਂਦੇ ਹਾਂ ਬਾਈ। ਨਹੀਂ ਨਹੀਂ, ਅਗਲਾ ਆਇਆ ਵਾੜੇ ਨੇ ਮਾਰਨ ਵਾਲੇ, ਐਂ ਨਹੀਂ ਕਰ ਸਕਦੇ। ਚਲੋ ਇਹਨਾਂ ਨਾਲ ਰਹਿਣ ਦਿੰਦੇ, ਇਹਨਾਂ ਨੂੰ ਬਖਸ਼ ਦਿੰਦੇ ਹਾਂ। ਬੇਟੇ ਦਾ ਨਾਮ ਕੀ ਸੀ ਤੁਹਾਡਾ? ਭੁੱਲ ਗਿਆ, ਰਘੂਵਤ। ਠੀਕ ਹੈ, ਹਾਂਜੀ ਹਾਂਜੀ। ਫਿਰ ਬੇਟੇ ਦਾ ਨਾਮ ਕੀ ਹੈ ਜੀ? ਸਹਿਜਪ੍ਰੀਤ। ਦੇਖਦਾ ਹੁੰਦਾ ਵਲੌਗ? ਥੈਂਕ ਯੂ, ਤੁਸੀਂ ਵੀ ਆ ਜਾਣਾ ਸੀ? ਮੈਨੂੰ ਕੰਮ ਪੈ ਗਿਆ। ਤੇ ਚਲੋ ਕੋਈ ਗੱਲ ਨੀ, ਆਪਾਂ ਹੁਣ ਕੋਈ ਹੋਰ ਲੱਭਦੇ ਆ ਮੁਰਗਾ, ਚਲੀਏ ਬਾਈ। ਉਹਨਾਂ ਮਿਲਣ ਆਏ ਸੀ, ਉਹ ਇੱਥੇ ਬੈਠੇ ਸੀਗੇ, ਇੱਕ ਮੇਰੇ ਨਾਲ ਆ ਕੇ ਬੈਠਾ, ਇਹਦੇ ਮੂੰਹ ਚ ਨਾ ਐ ਨਿਕਲ ਗਿਆ ਕਹਿੰਦਾ ਚਾ ਭਰਾਵਾ ਸਿਰਾ ਲੱਗ ਗਈ ਬਾਈ। ਉਹ ਤਾਂ ਮੇਰਾ ਹੱਥਾਂ ਨਾਲ ਰੁਕਿਆ ਉਹਨਾਂ ਸਾਹਮਣੇ, ਮੈਂ ਕਿਹਾ ਸੋਰੀ ਬਾਈ ਸੋਰੀ, ਮੇਰਾ ਹੱਥਾਂ ਨਹੀਂ ਨਿਕਲ ਰਿਹਾ, ਹਾਸਾ ਨਹੀਂ ਨਿਕਲ ਰਿਹਾ, ਹਾਸਾ ਨਹੀਂ ਕੰਟਰੋਲ ਹੋ ਰਿਹਾ। ਮੈਂ ਕਿਹਾ ਹਾਸਾ ਨਹੀਂ ਨਿਕਲਿਆ, ਸੋਰੀ ਸੋਰੀ ਐ ਕਹਿ ਗਿਆ। ਸਟਾਰਟ। ਹੈਲੋ ਹੈਲੋ ਹੈਲੋ, ਅਸੀਂ ਨਾ ਲੋਨਾਂ ਨੇ ਬੋਲਦੇ ਪਏ ਆ। ਅਸੀਂ ਨਾ ਲੋਨਾਂ ਨੇ ਬੋਲਦੇ ਪਏ ਆ। ਤੁਸੀਂ ਕਿਹੜੀ ਬੋਲਦੇ ਪਏ ਹੋ? ਅਸੀਂ ਨਾ ਸੁਣਿਆ ਵਾ ਮੈਨੂੰ ਇਹ ਡਰ ਲੱਗਦਾ ਵਾ। ਚੱਕਿਆ ਹੀ ਨਹੀਂ ਬਾਈ, ਫਿਰ ਨਹੀਂ ਚੱਕਿਆ ਉਹਨੇ। ਹੁਣ ਬਾਈ ਆਪਾਂ ਦੁਬਾਰਾ ਲਾਉਂਦੇ ਹਾਂ, ਤੀਜੀ ਵਾਰੀ ਫੋਨ ਲਾਉਣ ਲੱਗਾ, ਜੇ ਉਹਨਾਂ ਨੂੰ ਚੱਕਿਆ ਉਦੋਂ ਬਾਅਦ ਕਿਸੇ ਹੋਰ ਨੂੰ ਲਾਵਾਂਗੇ ਯਾਰ। ਵੀਰੇ ਨਹੀਂ ਚੱਕਦਾ ਅੱਜ ਬਾਈ, ਪੱਕਾ ਕਿਸੇ ਲੜਾਈ ਲੜੂਈ 'ਚ ਫਸਿਆ ਹੋਣਾ ਹੈ।
ਮੈਂ ਆਪਣੇ ਵਾਲੇ ਫੋਨ ਚਲਾਵਾਂ। ਨਹੀਂ ਨਹੀਂ। ਹੈਲੋ ਹੈਲੋ, ਕਿਵੇਂ ਆ ਬਾਈ? ਵਧੀਆ ਵਧੀਆ, ਜਾਂ ਤੂੰ ਸੁਣਾ? ਵਧੀਆ ਵਧੀਆ। ਮੈਂ ਕਿੱਥੇ ਸੀਗੇ? ਮੈਂ ਆਪਦੇ ਜਿਮ ਬਾਹਰ ਖੜਾ ਸੀਗਾ ਯਾਰ। ਇੱਧਰ ਨਾ ਲੜਾਈ ਜੀ ਹੋ ਗਈ ਮੇਰੀ ਆ ਝਾਸਣੀ ਚੌਂਕ, ਮੁੰਡੇ ਜੇ ਯਾਰ ਔਖੇ ਭਰੇ ਹੋਈ ਜਾਂਦੇ ਆ। ਅੱਛਾ ਅੱਛਾ, ਆਉਂਗੇ ਯਾਰ ਬਾਈ, ਫ੍ਰੀ ਹੋ ਵਿਹਲੇ ਹੋ? ਹੈਂ ਯਾਰ ਬਾਈ, ਕੁੜੀ ਜਾਂਦੀ ਪਈ ਸੀ ਐਕਟਿਵਾ ਤੇ, ਉਹਨੂੰ ਤੰਗ ਜਿਹਾ ਕਰਦੇ ਸੀਗੇ। ਮੈਂ ਕਹਿਤਾ ਬਾਈ ਨਾ ਰਹਿਣ ਦੋ, ਚੰਗੀ ਗੱਲ ਨਹੀਂ ਹੈਗੀ ਗੀ। ਤੇ ਕਹਿੰਦੇ ਬਾਈ ਤੂੰ ਸਾਨੂੰ ਗਿਆਨ ਦਏਗਾ, ਹੁਣ ਮੈਨੂੰ ਐਂ ਕਹਿਣ ਲੱਗ ਗਏ। ਤੇ ਇੱਕ ਕਹਿੰਦੇ ਮੇਰਾ ਗਲਵਾ ਫੜ ਲਿਆ। ਮੈਂ ਕਿਹਾ ਚੱਲ ਤੈਨੂੰ ਫੋਨ ਲਾਉਂਦਾ, ਇੱਕ ਮਿੰਟ ਤੈਨੂੰ ਦੱਸਦਾ ਪਤਾ। ਮੈਂ ਕਿਹਾ ਤੈਨੂੰ ਫੋਨ ਲਾ ਲਿਆ ਫਿਰ ਮੈਂ ਯਾਰ। ਅੱਛਾ ਸਿਰਾਣੀ ਚੌਂਕ ਆ ਜਾ ਯਾਰ ਬਾਈ, ਦਸ ਪੰਦਰਾਂ ਜਾਣੇ ਆ, ਦਸ ਪੰਦਰਾਂ ਜਾਣੇ ਆ। ਬਸ ਯਾਰ ਤੈਨੂੰ ਪਤਾ ਹੀ ਆ, ਉਹ ਪਤਾ ਕਿ ਇੱਕ ਮੁੰਡਾ ਸੀਗਾ, ਨੀ ਦੋ ਤਿੰਨ ਜਾਣੇ ਸੀਗੇ, ਤੇ ਉਹਨਾਂ ਨੇ ਅੱਗੇ ਮੁੰਡੇ ਨੂੰ ਸੱਦ ਲਿਆ, ਮੁੰਡਿਆਂ ਨੂੰ। ਤੇ ਮੈਂ ਕਿਹਾ ਮੈਂ ਵੀ ਲਾਉਣਾ ਫਿਰ ਫੋਨ। ਚਲਾ ਜਾ ਫਿਰ ਬਾਈ ਯਾਰ, ਬਾਈ ਬਾਈ। ਕਿਵੇਂ? ਦੇਖ ਚੱਲ ਕੁਛ ਨੀ ਆ, ਮੇਰੀ ਗੱਲ ਸੁਣ। ਨਹੀਂ ਲੋੜ ਨੀ, ਮੈਂ ਨਹੀਂ ਲੋੜ ਨੀ ਗੀ। ਮੈਂ ਅਪ੍ਰੈਲ, ਅੱਜ ਅਪ੍ਰੈਲ ਫੋਨ ਆ ਨਾ ਤੈਨੂੰ, ਅਪ੍ਰੈਲ ਫੋਨ ਬਣਾਇਆ ਬਾਈ। ਗੁੱਸਾ ਨਾ ਕਰੀ, ਗੁੱਸਾ ਨਾ ਕਰੀ ਯਾਰ ਬਾਈ। ਸੋਰੀ ਯਾਰ, ਕਰਦੇ ਕੀ ਪਏ ਸੀਗੇ ਤੁਸੀਂ? ਤੁਸੀਂ ਜਿਮ ਲਾ ਰਹੇ ਸੀਗੇ? ਅੱਛਾ ਅੱਛਾ, ਠੀਕ ਆ, ਜਿਮ ਦੇ ਬਾਹਰ ਸੀਗੇ। ਠੀਕ ਆ ਬਾਈ ਯਾਰ, ਸੋਰੀ ਯਾਰ। ਚੱਲ ਹਾਂ, ਬਸ ਮੈਂ ਇਹੀ ਦੇਖਣਾ ਸੀ ਤੂੰ ਕਈ ਕਹਿੰਦਾ ਕੀ ਆ ਬਾਈ, ਆਉਂਦਾ ਕਿ ਨਹੀਂ ਆਉਂਦਾ। ਤੱਤਾ ਹੀ ਆ ਉਹਦਾ ਪਹਿਲਾਂ ਹੀ। ਚੱਲ ਠੀਕ ਆ ਭਰਾ ਯਾਰ, ਹੈਂ। ਹਾਂ ਹਾਂ ਵਧੀਆ ਬਾਈ। ਦੇਖੋ ਬਾਈ, ਆਪਾਂ ਪ੍ਰੈਂਕ ਕਰਤਾ ਹੋਇਆ ਵਾ, ਉਹ ਤਾਂ ਆਉਣ ਨੂੰ ਤਿਆਰ ਸੀਗਾ, ਹੈ ਨਾ। ਅਤੇ ਬਾਕੀ ਆਪਣਾ ਹੋ ਚੁੱਕਿਆ ਡਨ। ਦੱਸੋ ਬਾਈ, ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਜੀ ਲੱਗੀ? ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲਿਓ, ਦੇਖਣ ਘੰਟੇ ਵੀਡੀਓਜ਼ ਵੇਖਣ ਲਈ। ਆਪਾਂ ਮਿਲਦੇ ਹਾਂ ਅਗਲੀ ਘੰਟੇ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।